ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਉੱਤੇ ਇੱਕ ਨਵੇਂ ਵਲੌਗ ਦੇ ਨਾਲ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਸ਼ੇਰਗੜ੍ਹ ਸਾਹਿਬ, ਸ਼੍ਰੀ ਪੌਂਟਾ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਾਂ ਜੀ। ਇਸ ਜਗ੍ਹਾ ਜੀ, ਦਸਵੇਂ ਪਾਤਸ਼ਾਹ ਨੇ ਇੱਕ ਸ਼ੇਰ ਦਾ ਸ਼ਿਕਾਰ ਕੀਤਾ ਸੀ ਜੀ। ਬਹੁਤ ਸੋਹਣਾ ਅਤੇ ਵੱਡਾ ਇਹ ਸਥਾਨ ਬਣਿਆ ਹੋਇਆ ਹੈ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ। ਇਸ ਵੀਡੀਓ ਥੱਲੇ ਵਾਹਿਗੁਰੂ ਜੀ ਕਮੈਂਟ ਵਿੱਚ ਜ਼ਰੂਰ ਲਿਖਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਆਓ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਇਸ ਸਥਾਨ ਦਾ ਕੀ ਇਤਿਹਾਸ ਆ ਜੀ? ਇੱਥੋਂ ਦਾ ਇਤਿਹਾਸ ਇਸ ਤਰ੍ਹਾਂ, ਸਾਧ ਸੰਗਤ ਜੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੌਂਟਾ ਸਾਹਿਬ ਬਿਰਾਜਮਾਨ ਸਨ, ਉਸ ਦੌਰਾਨ ਦੇ ਵਿੱਚ ਇਸ ਸ਼ੇਰ ਨੇ ਇੱਥੇ ਬਹੁਤ ਜ਼ਿਆਦਾ ਸੰਗਤਾਂ ਦੇ ਉੱਪਰ ਜ਼ੁਲਮ ਧਾਰਿਆ ਹੋਇਆ ਸੀ, ਸੰਗਤਾਂ 'ਤੇ ਜ਼ੁਲਮ ਕਰ ਰਿਹਾ ਸੀ। ਇਹਦੇ ਜ਼ੁਲਮ ਤੋਂ ਤੰਗ ਪਰੇਸ਼ਾਨ ਹੋ ਕੇ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪੌਂਟਾ ਸਾਹਿਬ ਪਹੁੰਚੀਆਂ। ਉਸ ਵੱਡੇ ਸੰਤ, ਹਾਂਜੀ, ਜਾ ਕੇ ਬੇਨਤੀ ਕੀਤੀ ਅਤੇ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਨਾਲ ਲੱਗਦੇ ਜੰਗਲ ਦੇ ਵਿੱਚ ਇੱਕ ਬਹੁਤ ਭਾਰੀ ਖਤਰਨਾਕ ਚਿੱਟੇ ਰੰਗ ਦਾ ਕੇਰੀ ਸ਼ੇਰ ਸੰਗਤਾਂ ਦੇ ਉੱਪਰ ਜ਼ੁਲਮ ਕਰ ਰਿਹਾ ਹੈ, ਇਹਦੇ ਜ਼ੁਲਮ ਤੋਂ ਸੰਗਤਾਂ ਨੂੰ ਬਚਾਓ। ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸਾਦੀ ਹਾਥੀ 'ਤੇ ਸਵਾਰ ਹੋ ਕੇ ਪਿੱਛੇ ਬਿਹੇੜੇ ਦੇ ਰੁੱਖ ਦੇ ਥੱਲੇ ਖੜੇ ਹੋ ਕੇ ਇਹਦੇ ਮਾਰਨ ਦੀ ਬਿਉਂਤਬੰਦੀ ਬਣਾਈ। ਹਾਂਜੀ ਹਾਂਜੀ, ਤੇ ਇਹਦੇ ਥੱਲੇ ਖੜੇ ਹੋ ਕੇ ਬਿਉਂਤਬੰਦੀ ਬਣਾਈ। ਇਹ ਸੁੱਤਾ ਸੀ ਇੱਥੇ ਜਿੱਥੇ ਉਹ ਸੰਗਤ ਗੋਲਕ ਵਿੱਚ ਪੈਸੇ ਪਾਉਂਦੀ ਆ। ਇੱਥੇ ਸੀ ਝਾੜ ਜਿਹੜਾ ਬੇਲਾਂ ਨਾਲ ਢਕਿਆ ਹੋਇਆ, ਇਹ ਕੋਈ ਭਾਰੀ ਜਾਨਵਰ ਖਾ ਕੇ ਝਾੜ ਦੇ ਵਿੱਚ ਰੱਜ ਕੇ ਸੁੱਤਾ ਹੋਇਆ ਸੀ, ਉੱਠ ਨਹੀਂ ਸੀ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਤਾਨਾ ਮਾਰ ਕੇ ਕਿਹਾ, ਉਹ ਗਿੱਧੀ ਸਿਆਰ, ਤੂੰ ਸ਼ੇਰ ਹੋ ਕੇ ਇੱਥੇ ਗਿੱਦੜ ਦੀ ਤਰ੍ਹਾਂ ਲੰਮਾ ਪਿਆ ਝਾੜ ਵਿੱਚ ਪੂਛ ਮਾਰ ਰਿਹਾ, ਤੂੰ ਗਿੱਦੜ ਨਹੀਂ ਤੂੰ ਸ਼ੇਰ ਹੈ, ਕਿਹੜੀ ਸ਼ੇਰ ਹੈ, ਉੱਠ ਕੇ ਵਾਰ ਕਰ। ਇਹਨੇ ਗੁੱਸੇ ਵਿੱਚ ਉੱਠ ਕੇ ਅੱਖਾਂ ਲਾਲ ਕੀਤੀਆਂ, ਸਰੀਰ ਝਣਕਿਆ, ਗਾੜੀ ਲਈ ਧਰਤੀ ਵਿੱਚ ਨੂੰ ਮੂੰਹ ਕਰਕੇ ਇੰਨੀ ਜ਼ੋਰ ਦੀ ਗਰਜਿਆ, ਧਰਤੀ ਕੰਬ ਗਈ, ਅਸਮਾਨ ਡੋਲ ਗਿਆ। ਇਹਨੇ ਝਾੜ ਚੋਂ ਨਿਕਲ ਕੇ ਇੱਕਦਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਛਾਲ ਮਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੀ ਸਾਲ ਆਪਣੀ ਢਾਲ ਅੱਗੇ ਕਰਕੇ ਅਗਲੇ ਪੰਜੇ ਰੋਕੇ, ਆਪਣੀ ਕਿਰਪਾਨ ਦੇ ਨਾਲ ਇਹਦੇ ਦੋ ਟੁਕੜੇ ਕਰ ਦਿੱਤੇ। ਉਹਨਾਂ ਟੁਕੜਿਆਂ ਦੇ ਵਿੱਚੋਂ ਹੱਥ ਜੋੜ ਕੇ ਖੜਾ ਹੋ ਗਿਆ ਬਾਹਰ ਨਿਕਲ ਕੇ। ਗੁਰੂ ਸਾਹਿਬ ਜੀ ਕਹਿੰਦੇ, ਦੱਸ ਵੇ ਤੂੰ ਕੌਣ ਆ? ਇਹ ਕਹਿੰਦਾ, ਸੱਚੇ ਪਾਤਸ਼ਾਹ, ਤੁਸੀਂ ਤਾਂ ਤਿੰਨ ਲੋਕ ਦੇ ਮਾਲਕ ਹੋ, ਮੈਨੂੰ ਦਰਸ਼ਨ ਕਰਨ ਸਾਰ ਸੋਝੀ ਹੋ ਗਈ ਪਿਛਲੇ ਜਨਮਾਂ ਦੀ, ਤੁਹਾਡੇ ਤੋਂ ਤਾਂ ਕੀ ਲੁਕਾ ਛੁਪਾ ਹੈ? ਪਰ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ, ਮੈਂ ਰਾਜਾ ਜੈਦਰਥ ਹਾਂ, ਦੁਰਯੋਧਨ ਦਾ ਜੀਜਾ। ਕੁਰਸ਼ੇਤਰ ਜਦੋਂ ਮਹਾਂਭਾਰਤ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਦੇ ਵਿੱਚ ਵੀਰ ਅਭਿਮਨੂ ਜਿਹੇ ਅਨੇਕਾਂ ਯੋਧਿਆਂ ਨੂੰ ਚੱਕਰਵਿਊਹ ਦੇ ਕਿਲੇ ਦੇ ਵਿੱਚ ਚੱਕਰ ਵਿੱਚ ਪਾ ਕੇ ਮੈਂ ਧੋਖੇ ਨਾਲ ਮਰਵਾਇਆ ਸੀ। ਉਹਦਾ ਫਲ ਮੈਨੂੰ ਕ੍ਰਿਸ਼ਨ ਮਹਾਰਾਜ ਦਾ ਸਰਾਪ ਮਿਲ ਗਿਆ ਸੀ। ਕ੍ਰਿਸ਼ਨ ਮਹਾਰਾਜ ਦਾ ਸਰਾਪਿਆ ਹੋਇਆ ਮੈਂ ਉਦੋਂ ਦਾ ਇੱਥੇ ਭਟਕਦਾ ਫਿਰ ਰਿਹਾ ਸੀ। ਅੱਜ ਤੁਸੀਂ ਮੇਰੇ 'ਤੇ ਤਰਸ ਕਰਕੇ ਮੈਨੂੰ ਮੁਕਤ ਕਰ ਦਿੱਤਾ, ਹੁਣ ਮੈਨੂੰ ਸੱਚਖੰਡ ਜਾਣ ਲਈ ਆਗਿਆ ਦੇਵੋ।
ਇੱਥੋਂ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਸੱਚਖੰਡ ਚਲਾ ਗਿਆ। ਗੁਰਦੁਆਰਾ ਸਾਹਿਬ ਦੇ ਨਾਲ ਹੀ ਬਣੀ ਹੋਈ ਹੈ ਜੀ ਦੁਕਾਨ, ਜਿੱਥੋਂ ਆਪਾਂ ਖਿਡੌਣੇ, ਪ੍ਰਸ਼ਾਦ ਅਤੇ ਖਾਣ ਪੀਣ ਲਈ ਸਮਾਨ ਲੈ ਸਕਦੇ ਹਾਂ ਜੀ। ਇਹ ਜਿਹੜਾ ਵੀਰ ਆ ਜੀ, ਇਹ ਓਨਰ ਆ ਜੀ ਇਸ ਦੁਕਾਨ ਦਾ, ਤੇ ਇਹ ਮਾਤਾ ਜੀ ਨੇ ਜੀ, ਤੇ ਇਹ ਸ਼ੋਪ ਆ ਇਹਨਾਂ ਦੀ ਜੀ ਵੀਰ ਦੀ, ਗੁਰਦੁਆਰਾ ਸ਼ੇਰਗਾਹ ਸਾਹਿਬ ਦੇ ਇੱਕ ਸਾਈਡ ਤੇ ਬਣੀ ਹੋਈ ਸ਼ੋਪ ਆ ਜੀ ਇਹ। ਆਪਾਂ ਸਭ ਨੇ ਮਿਲ ਕੇ ਜੀ ਗੁਰਦੁਆਰਾ ਸ਼੍ਰੀ ਸ਼ੇਰਗਾਹ ਸਾਹਿਬ ਦੇ ਦਰਸ਼ਨ ਕਰ ਲਏ ਹਨ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਆਪਾਂ ਸਭ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਘੁਲਾੜ ਦੇਖੇ ਨੇ। ਇਸ ਵੀਡੀਓ ਦੇ ਵਿੱਚ ਹੁਣ ਆਪਾਂ ਦੇਖਾਂਗੇ ਹਿਮਾਚਲ ਦਾ ਘੁਲਾੜ, ਬਹੁਤ ਵੱਡਾ ਇਹ ਘੁਲਾੜ ਲੱਗਿਆ ਹੋਇਆ, ਗੰਨੇ ਤੋਂ ਗੁੜ ਸ਼ੱਕਰ ਕਿਵੇਂ ਬਣਦੀ ਹੈ ਆਪਾਂ ਸਾਰਾ ਪ੍ਰੋਸੈਸ ਦੇਖਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ। ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਜੋ ਤੁਹਾਨੂੰ ਅੱਜ ਹਿਮਾਚਲ ਦੀ ਘੁਲਾੜੀ ਦਿਖਾਉਂਦੇ ਹਾਂ। ਆਪਾਂ ਪੰਜਾਬ ਦੀਆਂ ਘੁਲਾੜੀਆਂ ਬਹੁਤ ਦੇਖੀਆਂ ਨੇ, ਅੱਜ ਹਿਮਾਚਲ ਦੀ ਘੁਲਾੜੀ ਦੇਖਦੇ ਹਾਂ। ਬਹੁਤ ਸੋਹਣੀਆਂ ਜਾਣੀ ਇਹ ਦੇਖੋ ਤੁਸੀਂ ਘੁਲਾੜੀ ਬਣਾਈ ਹੋਈ ਆ। ਜਾਣੀ ਹਿਮਾਚਲ ਦੇ ਵਿੱਚ ਵੀ ਨਾ ਬਹੁਤ ਜ਼ਿਆਦਾ ਘੁਲਾੜੀਆਂ ਬਣੀਆਂ ਹੋਈਆਂ ਨੇ, ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ। ਜਾਣੀ ਅਸੀਂ ਇਸ ਘੁਲਾੜੀ ਦੇ ਉੱਤੇ ਰੁਕੇ ਹਾਂ, ਅਸੀਂ ਗੁਰਦੁਆਰਾ ਭੰਗਾਣੀ ਸਾਹਿਬ ਵੱਲ ਨੂੰ ਜਾ ਰਹੇ ਹਾਂ ਜੀ। ਰਸਤੇ ਦੇ ਵਿੱਚ ਘੁਲਾੜੀ ਪੈਂਦੀ ਆ, ਇਹ ਤੁਸੀਂ ਦੇਖ ਸਕਦੇ ਹੋ ਚਾਰ ਜਗ੍ਹਾ ਜੀ ਇਹ ਗਰਮ ਹੁੰਦਾ ਆ, ਫਿਲਟਰ ਹੁੰਦਾ ਆ, ਫਿਰ ਇਹਦਾ ਗੁੜ ਬਣਾਇਆ ਜਾਂਦਾ ਆ। ਆ ਤੁਸੀਂ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਸਿਸਟਮ, ਆ ਮੈਲ ਆ ਨਿੱਤਰ ਦੀ ਆ, ਇਹਦੇ ਵਿੱਚ ਪਾਉਂਦੇ ਨੇ, ਫਿਰ ਇਹਦੇ ਵਿੱਚ ਜਾਂਦਾ ਆ, ਫਿਰ ਉਹਦੇ ਵਿੱਚ ਜਾਂਦਾ ਆ, ਉਸ ਤੋਂ ਬਾਅਦ ਉਹਦੇ ਉੱਤੇ ਪਾ ਦਿੱਤਾ ਲਾਸਟ ਉਹ ਆ ਜੀ। ਅਤੇ ਇੱਧਰ ਤੁਸੀਂ ਦੇਖੋ ਘੁਲਾੜ ਚੱਲ ਰਿਹਾ ਆ, ਗੰਨਾ ਪੀੜ ਕੇ ਉਹਦਾ ਜਿਹੜਾ ਰਸ ਆ ਇਹਦੇ ਰਾਹੀਂ ਜੀ, ਉਹ ਦੇਖੋ ਸਕਰੀਨ ਦੇ ਉੱਤੇ ਵੀਰ ਗੰਨੇ ਲਾ ਰਿਹਾ ਆ ਘੁਲਾੜ ਦੇ ਵਿੱਚ, ਅਤੇ ਉਹਦਾ ਰਸ ਗੰਨੇ ਦਾ ਆ ਇਸ ਦੇ ਵਿੱਚ ਆ ਰਿਹਾ, ਇਸ ਤੋਂ ਬਾਅਦ ਰਸ ਅੱਗੇ ਜਾਂਦਾ ਆ ਜੀ, ਉਸ ਤੋਂ ਬਾਅਦ ਇਹਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਸਾਰਾ ਜੀ, ਗੁੜ ਬਣਦਾ ਆ, ਸ਼ੱਕਰ ਬਣਦੀ ਆ। ਇੱਥੇ ਸ਼ੱਕਰ 50 ਰੁਪਏ ਕਿਲੋ ਮਿਲਦੀ ਆ ਜੀ, ਅਤੇ ਜਿਹੜਾ ਗੁੜ ਆ ਜੀ ਉਹ 80 ਰੁਪਏ ਕਿਲੋ ਮਿਲਦਾ ਆ ਜੀ, ਬਿਲਕੁਲ ਓਰੀਜਨਲ ਆ ਜੀ, ਬਿਲਕੁਲ ਇਹ ਬੰਦੇ ਮਿਲਾਵਟ ਨਹੀਂ ਕਰਦੇ। ਜਿਹੜੀ ਭੇਲੀ ਆ ਜੀ ਉਹ 2 ਕਿਲੋ ਦੀ ਆ, ਜਿਹੜੀ 2 ਕਿਲੋ ਜਿਹੜੀ ਭੇਲੀ ਆ ਉਹ 80 ਰੁਪਏ ਦੀ ਆ ਜੀ, ਜਿਹੜੀ ਓਰੀਜਨਲ ਗੁੜ ਆ ਬਿਲਕੁਲ ਮਿਲਾਵਟ ਨਹੀਂ ਕਰਦੇ, ਬਿਲਕੁਲ ਸਾਹਮਣੇ ਇਹ ਬੰਦੇ ਬਣਾਉਂਦੇ ਨੇ ਜੀ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਜਦੋਂ ਕਦੇ ਵੀ ਤੁਸੀਂ ਇਸ ਏਰੀਏ ਦੇ ਵਿੱਚ ਆਵੋ ਜੀ, ਗੁਰਦੁਆਰਾ ਭੰਗਾਣੀ ਸਾਹਿਬ ਨੂੰ ਜਾਵੋ, ਤਾਂ ਇਹਨਾਂ ਵੀਰਾਂ ਤੋਂ ਜ਼ਰੂਰ ਗੁੜ ਅਤੇ ਸ਼ੱਕਰ ਤੁਸੀਂ ਲੈ ਸਕਦੇ ਹੋ ਜੀ। ਜਿਹੜਾ ਆਪਾਂ ਅੱਗੇ ਦੇਖ ਰਿਹਾ ਗੁੜ ਗਰਮ ਹੋ ਰਿਹਾ ਜੀ, ਗੁੜ ਬਣ ਰਿਹਾ ਨਾ, ਅਤੇ ਇਸ ਜਗ੍ਹਾ ਇਹ ਝੋਕਾ ਲੱਗਦਾ ਆ। ਆਹ ਦੇਖੋ ਤੁਸੀਂ ਕਿੱਦਾਂ ਅੱਗ ਚੱਲ ਰਹੀ ਆ, ਅਤੇ ਆਹ ਗੰਨੇ ਦਾ ਜਿਹੜਾ ਛਿਲਕਾ ਆ ਸੁੱਕ ਗਿਆ, ਇਹਦੇ ਦੁਆਰਾ ਅੱਗ ਲਾਈ ਜਾਂਦੀ ਆ। ਇਹ ਆ ਜੀ ਭੱਠੀ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਜੀ। ਆਪਾਂ ਆ ਗਏ ਥੱਲੇ ਜੀ, ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਜਿਹੜੀ ਰਾਖ ਆ ਉਹ ਇਸ ਜਗ੍ਹਾ ਤੋਂ ਨਿਕਲਦੀ ਆ। ਇਹ ਬਣਾਇਆ ਹੋਇਆ ਸਾਰਾ ਸਿਸਟਮ ਤੁਸੀਂ ਦੇਖ ਸਕਦੇ ਹੋ, ਇਹ ਥੱਲਿਓਂ ਰਾਖ ਬਾਹਰ ਆਪਾਂ ਕੱਢ ਸਕਦੇ ਹਾਂ ਇਸ ਰਾਹੀਂ ਜੀ। ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਗੰਨੇ ਦੇ ਕਿੰਨੇ ਕਿੰਨੇ ਢੇਰ ਨੇ। ਹਿਮਾਚਲ ਦੇ ਵਿੱਚ ਗੰਨੇ ਦੀ ਖੇਤੀ ਬਹੁਤ ਹੁੰਦੀ ਹੈ, ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ 'ਤੇ ਗੰਨੇ ਦੇ ਢੇਰ।
ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਜੀ, ਕਈ ਕੁਆਂਟਲ ਗੁੜ ਸ਼ੱਕਰ ਇਸ ਜਗ੍ਹਾ ਮੌਜੂਦ ਆ। ਜੇ ਆਪਾਂ ਕੁਆਂਟਲਾਂ ਦੇ ਹਿਸਾਬ ਨਾਲ ਵੀ ਗੁੜ ਸ਼ੱਕਰ ਲੈਣਾ ਹੋਵੇ ਤਾਂ ਇੱਥੋਂ ਮਿਲ ਜਾਂਦਾ ਆ ਜੀ।